ਲੈਣੇ ਜਹਾਜ਼ ਦੀ ਝੂਟੀ ਬਸ ਵੇਟ ਕਰ ਰਹੇ ਹਾਂ ਸਾਡਾ ਜਹਾਜ਼ ਹੋਣ ਵਾਲਾ ਹੈ ਹੁਣ ਦੱਸੋ ਕਿਵੇਂ ਲੱਗ ਰਿਹਾ ਫਿਰ ਕੱਲ ਬਾਈ ਇੱਕ ਦਿਨ ਲਈ ਬਾਹਰ ਧੁੱਪੇ ਖੇਡੇ ਇੱਕ ਦਿਨ ਚ ਇੰਨੀ ਟੈਨਿੰਗ ਹੋ ਗਈ ਨਾ ਦੋ ਰੰਗ ਬਣ ਗਏ ਅੱਜ ਨਾ ਕਿੰਨੇ ਦਿਨਾਂ ਬਾਅਦ ਪੱਗ ਬੰਨੀ ਆ ਰੋਜ਼ ਉਰੇ ਪਰੇ ਜ਼ਿਆਦਾ ਮੈਂ ਦੇਖਿਆ ਪਰ ਨਹੀਂ ਚੱਲਦੇ ਨੇ ਅੱਜ ਚੱਲਿਆ ਸੀ ਇੱਕ ਟ੍ਰਿਪ ਤੇ ਹਾਂ ਇਹ ਸਾਡਾ ਪਹਿਲਾ ਟ੍ਰਿਪ ਆ ਜਦੋਂ ਦੇ ਕੈਨੇਡਾ ਆਏ ਹਾਂ ਬੜੀ ਵਾਜਾਂ ਨੇ ਗੱਡੀਆਂ ਲੈਣੇ ਜਹਾਜ਼ ਦੀ ਝੂਟੀ ਆਪੇ ਸਿੱਖ ਲੈਣਾ ਚਲਾਉਣਾ ਮੈਂ ਦੱਸ ਰਿਹਾ ਸੀਗਾ ਅੰਮ੍ਰਿਤ ਨੂੰ ਮੈਂ ਕਿਹਾ ਸਾਡੇ ਪਟਿਆਲੇ ਵੀ ਹੈਗਾ ਇਹ ਜਿਹਾ ਇੱਕ ਤੁਸੀਂ ਕੈਨੇਡਾ ਦੀ ਗੱਲ ਕਰਦੇ ਹੋ ਸਾਡੇ ਪਟਿਆਲੇ ਵੀ ਹੈਗਾ ਅਸੀਂ ਪਟਿਆਲੇ ਦੀ ਸ਼ਹਿਰ ਕਰਕੇ ਆਏ ਸੀ ਹੈ ਕਿਹੜਾ ਉਹ ਹਾਂ ਉਹ ਬੀਚ ਵਾਲਾ ਉਹ ਜਿਹੜਾ ਜਿਹੜੇ ਉਹ ਪਾਣੀ ਤੋੜਦੇ ਹੁੰਦੇ ਨੇ ਬਸ ਵੇਟ ਕਰ ਰਹੇ ਹੁਣ ਸਾਡਾ ਜਹਾਜ਼ ਉੱਡਣ ਵਾਲਾ ਹੀ ਆ ਪਾਇਲਟ ਦੇਖ ਰਹੇ ਆ ਵੀ ਸਾਰੇ ਰਨਵੇ ਬਣਾਏ ਹੋਏ ਨੇ ਆਹ ਵਾਲੇ ਵੀ ਇੱਧਰ ਵੀ ਹੁਣ ਦੱਸੋ ਕਿਵੇਂ ਲੱਗ ਰਿਹਾ ਫਿਰ ਪਟਿਆਲੇ ਵਾਲਾ ਵੀ ਏਦਾਂ ਦੇ ਮਤਲਬ ਪਰ ਇੱਥੇ ਐਵੇਂ ਗ੍ਰੀਨਰੀ ਇਹ ਨਹੀਂ ਸੀ ਆਲੇ ਦੁਆਲੇ ਹੈ ਉਹ ਵੀ ਐਵੇਂ ਖੁੱਲੀ ਜਿਹੀ ਏਰੀਆ ਚ ਜਾ ਕੇ ਬਣਿਆ ਹੋਇਆ Thank you.
ਆਰਡਰ ਕਰੀ ਵਧੀਆ ਲੱਗੇ ਘੈਂਟ ਹੈ ਉਹਰੇ ਬੜੀ ਸੋਹਣੀ ਫੋਟੋ ਆ ਰਹੀ ਹੈ ਹਾਂ ਹਾਂ ਬੈਕਗ੍ਰਾਉਂਡ ਜਿਹਾ ਰੈੱਡ ਹੈ ਨਾ ਵਧੀਆ ਨਹੀਂ ਹਾਂ ਹਲੇ ਵੀ ਜੇ ਫੋਟੋ ਨਾ ਵਧੀਆ ਹੀ ਇੰਨਾ ਖਰਚਾ ਕਰਕੇ ਪਤਾ ਨਹੀਂ ਗੱਲ ਬਣਦੀ ਓਏ ਕਿੰਨੇ ਸੋਹਣੇ ਲੱਗਦੇ ਨੇ ਨਾ ਚੌਕੜਾ ਮਾਰ ਕੇ ਨਹੀਂ ਚੌਕੜਾ ਮਾਰ ਕੇ ਹੁਣ ਤੁਸੀਂ ਭਗਤੀ ਕਰੋ ਮੈਂ ਕਿਹਾ ਪਹਿਲਾਂ ਕੰਡੇ ਕੱਢੋ ਬਾਅਦ ਚ ਕੰਮ ਹੋਊਗਾ ਤੁਰਿਆਂ ਦੇ ਜੁੱਤੀ ਜਿੱਤਾਂ ਨਹੀਂ ਅੜ ਗਿਆ ਕੋਈ ਧਰਤੀ ਤਾਂ ਸਾਰੇ ਕਿਤੇ ਧਰਤੀ ਤਾਂ ਮੈਨੂੰ ਵੀ ਐਨ ਧਰਤੀ ਤਾਂ ਸੇਮ ਹੀ ਸੇਮ ਹੀ ਹੁਣ ਐਵੇਂ ਹੀ ਆਪਣੇ ਉੱਧਰ ਹੁੰਦਾ ਬਸ ਐ ਵੀ ਇਹਨਾਂ ਨੇ ਘਾਹ ਕੂਜਾ ਵਧੀਆ ਕੱਟ ਕੇ ਰੱਖਿਆ ਹੋਰ ਕੀ ਆਪਣੇ ਕੱਟਦੇ ਨਹੀਂ ਐ ਆਪਣੇ ਕੱਟਦੇ ਨਹੀਂ ਇਹ ਲੱਗਾ ਇਹਨਾਂ ਦਾ ਬਾਕੀ ਤਾਂ ਸੇਮ ਹੀ ਹੈ ਥੋੜਾ ਮੇਨਟੇਨ ਕਰ ਲਿਆ ਇਹਨਾਂ ਵੀ ਕੁਦਰਤ ਨੇ ਤਾਂ ਹਰ ਚੀਜ਼ ਸਾਰਿਆਂ ਨੂੰ ਬਰਾਬਰ ਦਿੱਤੀ ਹੈ ਹਾਂ ਨੇਚਰ ਨਾਲ ਆਇਆ ਵੀ ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਵੀ ਜੇ ਬੰਦਾ ਕਾਨੂੰਨ ਵਾਲੇ ਉਹ ਤੇ ਦੇਖਦਾ ਉਹ ਵੀ ਬੰਨੇ ਥੋੜਾ ਜਿਹਾ ਰਹੀ ਜੇ ਡਰ ਡਰ ਕੇ ਵੀ ਪਾਰਕ ਵੀ ਕਰਨੀ ਆ ਗੱਡੀ ਦਾ ਸੋਚ ਸੋਚ ਕੇ ਕਰਨੀ 3 ਘੰਟੇ ਬਾਅਦ ਗੱਡੀ 'ਚ ਉਤਰ ਰਹੇ ਆ ਪਾਰਕਿੰਗ ਦੇ ਚੱਕਰਾਂ 'ਚ ਉੱਥੇ ਹੁੰਦੇ ਆ ਕਰਨ ਦੀ ਟੈਨਸ਼ਨ ਲੈਣੀ ਸੀ ਹਾਂ ਉੱਥੇ ਤਾਂ ਆਪਾਂ ਜਦ ਸ਼ਿਮਲੇ ਸ਼ੁਮਲੇ ਜਾਂਦੇ ਹੁੰਦੇ ਆ ਜਦ ਉੱਥੇ ਬਰਫ਼ ਪੈਂਦੀ ਹੁੰਦੀ ਆ ਪਹਿਲੀ ਵਾਰ ਲੋਕੀ ਸੜਕਾਂ 'ਚ ਗੱਡੀਆਂ ਖੜਾ ਖੜਾ ਜਾਈ ਜਾਂਦੇ ਨੇ ਜਾਮ ਹੀ ਲਾ ਦਿੰਦੇ ਨੇ ਤੇ ਚਲੋ ਜੀ ਸਾਡਾ ਅੱਜ ਵਾਲਾ ਜਿਹੜਾ ਅਸੀਂ ਟ੍ਰਿਪ ਕੱਢਿਆ ਸੀ ਮਨ ਉਹ ਮਤਲਬ ਜਿਹੜੇ ਜਿੱਥੇ ਜਾਣਾ ਸੀ ਉੱਥੇ ਤਾਂ ਨਹੀਂ ਜਾ ਸਕੇ ਅਸੀਂ ਨਾ ਦੇਖ ਰਹੇ ਆ ਸਾਰੇ ਕਿਤੇ ਘੁੰਮ ਘੁੰਮ ਕੇ ਫਿਰ ਇਹੀ ਸੇਮ ਟ੍ਰਿਪ ਫਿਰ ਆਪਾਂ ਕੱਢਾਂਗੇ ਜਵਾਕਾਂ ਨਾਲ ਕੱਢਾਂਗੇ ਮੰਮੀ ਹੋਰਾਂ ਨਾਲ ਹਾਂ ਸਾਰਾ ਕਿਤੇ ਮੰਮੀ ਹੋਰਾਂ ਨੇ ਜਿਵੇਂ ਹੁਣ ਛੇਤੀ ਜਾਣਾ ਕੁਝ ਮਹੀਨਿਆਂ ਨੂੰ ਸਾਰਾ ਕੁਝ ਦੇਖ ਕੇ ਜਾਣਾ ਚੰਗੀ ਤਰ੍ਹਾਂ ਆਵਾਂਗੇ ਹੁਣ ਅੱਜ ਸਤਗੁਣ ਹੋ ਰਹੀ ਸਾਰੇ ਘਰੇ ਹੀ ਨੇ ਪਰ ਹੁਣ ਉਰੇ ਆ ਕੇ ਐਂ ਫੀਲ ਹੋ ਰਿਹਾ ਉਹਨਾਂ ਨੂੰ ਨਾਲ ਲੈ ਕੇ ਆਉਣਾ ਸੀਗਾ ਵਧੀਆ ਥਾਂ ਸੀਗੀ ਤੇ ਜਿਹੜੇ ਮੇਨ ਸਪੋਟ ਤੇ ਅਸੀਂ ਆਉਣਾ ਸੀਗਾ ਜਿੱਥੇ ਪਹੁੰਚਣਾ ਸੀਗਾ ਉਹ ਵਾਲੀ ਥਾਂ ਤੇ ਸਾਨੂੰ ਪਾਰਕਿੰਗ ਹੀ ਨਹੀਂ ਮਿਲੀ ਜਿਹੜੀ ਥਾਂ ਕਰਕੇ ਅਸੀਂ ਇੱਥੇ ਅੱਜ ਆਏ ਸੀਗੇ ਫਿਰ ਉਰੇ ਹੋਰ ਜਿੰਨੀਆਂ ਫਿਰ ਨੇੜੇ ਨੇੜੇ ਲੱਭੀ ਗਈ ਲੋਕੇਸ਼ਨ ਆ ਵੀ ਹੁਣ ਇੰਨੀ ਦੂਰ ਆਏ ਵੀ ਹਾਂ ਵੀ ਹੋਰ ਥਾਂ ਤੇ ਕਿਤੇ ਚੱਲੀਏ ਉਰੇ ਬੈਠੀਏ ਅੰਮ੍ਰਿਤ ਨੇ ਹਿੰਮਤ ਤਾਂ ਕਰੀ ਹੈ ਹਾਂ ਤਾਂ ਇਹ ਲੋਕੇਸ਼ਨਾਂ ਦੇਖਦੇ ਅਸੀਂ ਆ ਰਹੇ ਸੀਗੇ ਤਾਂ ਹੁਣ ਫਿਰ ਆਹ ਲੱਭੀ ਇੱਥੇ ਵੀ ਪਾਰਕਿੰਗ ਫੁੱਲ ਜੀ ਉਸੇ ਮੌਸਮ ਪਾਰਕਿੰਗ ਮਿਲੀ ਉਹ ਕਹਿ ਦਿੰਦੇ ਨੇ ਕੈਨੇਡਾ 'ਚ ਪਾਰਕਿੰਗ ਐਡੀਆਂ ਖੁੱਲੀਆਂ ਖੁੱਲੀਆਂ ਨੇ ਮੈਂ ਅੰਮ੍ਰਿਤ ਨੂੰ ਗੱਲ ਕਰਦਾ ਹਾਂ ਜੀ ਮੈਂ ਉਹਦਾ ਕਹਿ ਦਿੰਦਾ ਐਡੀ ਖੁੱਲੀ ਪਾਰਕਿੰਗ ਸਾਨੂੰ ਪਾਰਕਿੰਗ ਲੱਭ ਨਹੀਂ ਰਹੀ ਕਿਉਂਕਿ ਇੱਥੋਂ ਹੀ ਹੁਣ ਪਤਾ ਲੱਗਿਆ ਲੌਂਗ ਵੀਕਐਂਡ ਜਿਹੜਾ ਕਹਿ ਦਿੰਦੇ ਨੇ ਹੁਣ ਮੈਨੂੰ ਅੱਜ ਪਤਾ ਲੱਗਿਆ ਲੌਂਗ ਹੈ ਵੀ ਲੌਂਗ ਵੀਕਐਂਡ ਕੀ ਹੁੰਦਾ ਮੈਂ ਕਹਿੰਦਾ ਤਾਂ 3 ਛੁੱਟੀਆਂ ਹੋਣੀਆਂ ਜਿਹੜੀਆਂ ਹੁੰਦੀਆਂ ਉਹਨੂੰ ਕਹਿ ਦਿੰਦੇ ਲੌਂਗ ਵੀਕਐਂਡ ਤਾਂ ਜਿੱਦਾਂ ਵੀ ਫਿਰ ਪਰ ਉਹਨੂੰ ਜਦ ਇਕੱਠੀਆਂ ਛੁੱਟੀਆਂ ਜਾਂਦੀਆਂ ਇੱਥੇ ਉਹ ਛੁੱਟੀਆਂ ਨੂੰ ਇੰਜੋਏ ਪੱਕਾ ਮਨਾਉਂਦੇ ਨੇ ਤਾਂ ਹੁਣ ਉਰੇ ਉਹ ਲੌਂਗ ਵੀਕਐਂਡ ਸੀਗੇ ਇਸ ਵਾਰ ਤਾਂ ਕਰਕੇ ਹਰ ਥਾਂ ਤੇ ਜਿੱਥੇ ਵੀ ਟੂਰਿਸਟ ਪਲੇਸ ਆ ਨੇੜੇ ਤੇੜੇ ਉਰੇ ਤਾਂ ਉੱਥੇ ਰਸ਼ ਹੈ ਪਾਰਕਿੰਗ ਨਹੀਂ ਮਿਲ ਰਹੀ ਸੀ ਤਾਂ ਜਿਹੜੀ ਪਲੇਸ 'ਤੇ ਅਸੀਂ ਪਹਿਲਾਂ ਜਾਣਾ ਸੀ ਉੱਥੇ ਤਾਂ ਬਾਹਲੀ ਜ਼ਿਆਦਾ ਰਸ਼ ਸੀ ਕਿਉਂਕਿ ਇੱਥੇ ਦੀ ਮੇਨ ਅਟਰੈਕਸ਼ਨ ਉਹ ਸੀ ਹੁਣ ਸਾਡੇ ਉਹ ਤਾਂ ਅਸੀਂ ਦੇਖ ਨਹੀਂ ਪਾਏ ਹੁਣ ਉਹਦੇ ਲਈ ਸਪੈਸ਼ਲ ਫੇਰ ਆਵਾਂਗੇ ਹੁਣ ਇੰਨੀ ਲੌਂਗ ਡਰਾਈਵ 'ਤੇ ਤਾਂ ਆਏ ਸੀਗੇ ਮੈਂ ਕਿਹਾ ਹੁਣ ਆਇਆ ਜਵਾਬ ਜਾਣਾ ਬਣਦਾ ਵੀ ਨਹੀਂ ਫਿਰ ਅਸੀਂ ਲੱਭੀ ਇੱਕ ਹੋਰ ਥਾਂ ਇੱਥੇ ਵੀ ਬਸ ਪੂਰੀ ਜਿਹੀ ਪਾਰਕਿੰਗ ਸੀਗੀ ਇੱਕ ਗੱਡੀ ਨਿਕਲੀ ਗੱਡੀ ਲਈ ਫਿਰ ਅਸੀਂ ਐਵੇਂ ਰਿਸਕ ਵੀ ਨਹੀਂ ਲੈਂਦੇ ਹਾਂ ਤਾਂ ਬਾਹਰ ਆਪਣੇ ਇੰਡੀਆ ਵਾਂਗੂ ਗੱਡੀ ਕਿਤੇ ਵੀ ਲੱਗ ਕੇ ਆ ਜਾਂਦੇ ਮੈਂ ਐਵੇਂ ਚੱਕੀ ਨਾ ਜਾ ਗੱਡੀ ਉਰੇ ਕਿਹੜਾ ਉਹ ਹੈ ਉਰੇ ਵੀ ਚੱਕ ਲੈ ਜਾਂਦੇ ਟੋ ਹੋ ਜਾਂਦੇ ਤਾਂ ਕਰਕੇ